ਬਠਿੰਡਾ ਵਿਖੇ ਇੱਕ ਕਲੋਨੀ ਵਿੱਚ ਬਠਿੰਡਾ ਦੇ ਹੱਥ ਦੇ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਅਮਿਤ ਰਤਨ ਦੀ ਕੋਠੀ ਦਾ ਅੱਜ ਕਿਸਾਨਾਂ ਵੱਲੋਂ ਘਿਰਾਓ ਕੀਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਕੁਝ ਵਿਅਕਤੀਆਂ ਨੇ ਅਮਿਤ ਰਤਨ ਲਈ ਕੰਮ ਕੀਤਾ ਸੀ ਪਰ ਲੱਖਾਂ ਰੁਪਇਆ ਬਕਾਇਆ ਉਸ ਵੱਲ ਖੜਾ ਹੈ ਜਿਸ ਨੂੰ ਲੈ ਕੇ ਉਹ ਦੇਣ ਦਾ ਨਾਂ ਨਹੀਂ ਲੈਂਦਾ, ਇਸ ਲਈ ਉਹਨਾਂ ਵੱਲੋਂ ਘਿਰਾਓ ਕੀਤਾ ਗਿਆ। ਕੁਲਦੀਪ ਸਿੰਘ ਹੈ ਜੀ, ਹਾਂਜੀ, ਕੀ ਕਹਿਣਾ ਚਾਹੋਗੇ ਜਿਹੜਾ ਅੱਜ ਤੁਸੀਂ ਘਿਰਾਓ ਕੀਤਾ? ਇਹ ਜੀ 2017 ਦੇ ਵਿੱਚ ਉੱਠਿਆ ਸੀ ਇਹ ਅਕਾਲੀ ਦਲ ਨੂੰ, ਉਦੋਂ ਅਸੀਂ ਜੁੜੇ ਹੋਏ ਸੀਗੇ ਅਤੇ 2018 'ਚ ਅਮਿਤ ਰਤਨ ਅਤੇ 2018 ਦੇ ਵਿੱਚ ਸਾਨੂੰ ਉਹਨੇ ਸਰਵੇ ਦਾ ਕੰਮ ਦਿੱਤਾ ਸੀਗਾ ਜੀ ਇੱਕ ਹਰਿਆਣੇ ਦੇ ਵਿੱਚ, ਉਹ ਸਾਡੇ ਨਾਲ ਕੀਤਾ ਜੀ ਫਰੋਡ, ਇਹਨੇ 82 ਲੱਖ ਰੁਪਇਆ ਲਿਆ ਸੀ ਬਲੈਕ ਮਨੀ ਦੇ ਨਾਂ 'ਤੇ ਵੀ ਮੈਂ ਟੈਂਡਰ ਸੈਂਟਰ ਸਰਕਾਰ ਤੋਂ ਲੈ ਕੇ ਤੁਹਾਨੂੰ ਦੇਊਂਗਾ, ਅਸੀਂ ਉਹਦੇ ਵਿੱਚ ਉਹਨੂੰ 82 ਲੱਖ ਰੁਪਇਆ ਦਿੱਤਾ ਸੀ ਤਕਰੀਬਨ, ਉਹਦੇ ਵਿੱਚ ਸਾਡਾ 67 ਲੱਖ ਰੁਪਏ ਦੇ ਕਿਹੜੀ ਬਕਾਇਆ ਖੜਾ ਗਾ। ਹੁਣ 4 ਸਾਲ ਤੋਂ ਸਾਨੂੰ ਹਿਲਾਰੇ ਲਾਈ ਜਾਂਦੇ ਸੀਗੇ ਵੀ ਅੱਜ ਦਿੰਦੇ ਹਾਂ ਕੱਲ੍ਹ ਨੂੰ ਦਿੰਦੇ ਹਾਂ, ਇੱਕ ਇਹਦਾ ਸਾਥੀ ਸਾਹਿਲ ਗੁਪਤਾ ਗਾ ਪਟਿਆਲੇ ਤੋਂ, ਇੱਕ ਹੈਗਾ ਪਠਾਨਕੋਟ ਤੋਂ ਹਾਂਡਾ ਵਿਸ਼ਾਲ ਹਾਂਡਾ, ਅਤੇ ਅਸੀਂ ਹੁਣ ਇਹਨਾਂ ਕੋਲ ਪਹਿਲਾਂ 15 ਤਰੀਕ ਨੂੰ ਆਏ ਸੀਗੇ ਜੀ, 15 ਤਰੀਕ ਨੂੰ ਇਹ ਵੀ ਸਾਨੂੰ ਦੇ ਦਿਓ ਹਫ਼ਤਾ ਅਤੇ ਹਫ਼ਤੇ ਤੁਹਾਡਾ ਕੀ ਮਸਲਾ ਹੱਲ ਕਰ ਜਾਂਗੇ, ਅਤੇ ਇਹਨਾਂ ਨੇ ਸਾਡੇ ਤੋਂ 22 ਤਰੀਕ ਲੈ ਲਈ ਸੀਗੀ ਜੀ, ਅੱਜ ਤੋਂ ਅਸੀਂ 22 ਨੂੰ ਮਿਲੇ ਆ ਗਏ ਜੀ, ਅਤੇ ਉਹੀ ਲਾਰੇ ਫੇਰ ਲਾਉਣ ਲੱਗ ਗਏ ਜਿਵੇਂ ਪਹਿਲਾਂ ਲਾਉਂਦੇ ਸੀ, 4 ਸਾਲ ਤੋਂ ਸਾਹਿਲ ਲਾਉਂਦਾ ਗਾ, ਸਾਹਿਲ ਦਾ ਬੇਟਾ ਬਿਮਾਰ ਆ, ਯੇ ਆ ਵੋ ਆ, ਬਸ ਅਸੀਂ ਮੁੜ ਕੇ ਇੱਥੇ ਧਰਨਾ ਲਾਤਾ ਜੀ ਦੀਵਾਰ ਦੇ ਵਿੱਚ। ਕਿੰਨੇ ਕੁ ਪੈਸੇ ਹੈਗੇ ਜੀ? 67 ਲੱਖ ਰੁਪਏ ਸਾਡਾ ਬਾਕੀ ਰਹਿੰਦਾ ਜੀ, ਇੰਨਾ ਕੰਨੀ ਧਰਨਾ ਇਹਦੇ ਆਪਣਾ ਬਰਾੜ ਗੀਟੀ ਦੇ ਵਿੱਚ ਹੀ ਕੋਠੀ ਹੈ ਜੀ? ਹਾਂ ਕੋਠੀ ਹੈ, ਕਿਰਾਏ ਦੇ ਕੋਠੀ ਹੈ। ਕੋਈ ਗੱਲ ਹੋਈ ਇਹਨਾਂ ਨਾਲ ਤੁਹਾਡੀ? ਉਹਨਾਂ ਗੱਲ ਹੋਈ ਸੀਗੀ ਸੋਹਾ, ਬਸ ਉਹੀ ਲਾਰੇ ਲੱਪੇ ਲਾਈ ਜਾਂਦੇ ਜਿਵੇਂ ਪਹਿਲਾਂ ਕਰਦੇ 4 ਸਾਲ ਤੋਂ, ਬਸ ਸਾਹਿਲ ਆਉਂਦਾ ਗਾ, ਮੈਂ ਸਾਹਿਲ ਨੂੰ ਬੁਲਾਉਣਾ ਗਾ। ਬੰਦਾ ਕੌਣ ਆ ਜਿਹੜਾ ਅਮਿਤ ਰਤਨ? ਇਹ ਹੁਣ ਜੀ ਬਠਿੰਡਾ ਦੇ ਹੱਥੀ ਤੋਂ ਉੱਠਿਆ ਗਾ ਆਮ ਆਦਮੀ ਪਾਰਟੀ ਕੰਨ। ਮੇਰਾ ਨਾਂ ਕੁਲਵੰਤ ਰਾਜ ਸ਼ਰਮਾ, ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਬਲਾਕ ਸੰਗਤ। ਹਾਂਜੀ, ਕੀ ਕਹਿਣਾ ਚਾਹੋਗੇ ਜਿਹੜਾ ਅੱਜ ਤੁਸੀਂ ਅਮਿਤ ਰਤਨ? ਅੱਜ ਅਸੀਂ ਇਹ ਸਾਡੇ ਬਲਾਕ ਦੇ ਮੁੰਡਿਆਂ ਨਾਲ, ਅਮਿਤ ਰਤਨ ਨੇ 2017 ਦੇ ਵਿੱਚ 82 ਲੱਖ ਦੀ ਠੱਗੀ ਮਾਰੀ ਸੀ, ਜਿਹਦੇ ਵਿੱਚ ਇਹਨਾਂ ਨੂੰ ਕੰਮ ਦਿਵਾਉਣ ਦਾ ਮਤਲਬ ਭਰੋਸਾ ਦਿਵਾਇਆ ਸੀਗਾ, ਕੰਮ ਦਿਵਾਉਣ ਦੀ ਬਜਾਏ ਇਹਨਾਂ ਨਾਲ ਮਤਲਬ ਆਲਮਟੋਲ ਕਰਦਾ ਰਿਹਾ, ਉਹਦੇ ਨਾਲ ਥੋੜ੍ਹੇ ਥੋੜ੍ਹੇ ਪੈਸੇ ਕਰਕੇ 82,000 ਦੇ ਵਿੱਚੋਂ 67,000 ਰੁਪਇਆ ਬਕਾਇਆ ਇਹਨਾਂ ਦਾ ਰਹਿ ਗਿਆ, 67 ਲੱਖ ਰੁਪਇਆ ਬਾਕੀ ਰਹਿ ਗਿਆ ਅਤੇ ਕੁਛ ਪੈਸੇ ਇਹਨੇ ਮੋੜ ਤੇ। ਪਰ ਅਸੀਂ ਜਦੋਂ ਪਿਛਲੇ 15 ਤਰੀਕ ਨੂੰ ਆਏ ਸੀਗੇ ਅਤੇ 15 ਤਰੀਕ ਨੂੰ ਕਹਿੰਦਾ ਵੀ 7 ਦਿਨਾਂ ਦੇ ਵਿੱਚ ਮੈਂ ਤੁਹਾਡਾ ਮਸਲਾ ਹੱਲ ਕਰ ਦੂੰਗਾ, ਅੱਜ ਅਸੀਂ ਆਏ ਤਾਂ ਪਹਿਲਾਂ ਸਾਨੂੰ ਮਿਲਣ ਤੋਂ ਆਨਾ ਕਾਨੀ ਕਰਦਾ, ਇੱਕ ਇੱਥੇ ਮਤਲਬ ਵਕੀਲ ਹੈਗਾ ਹਾਈ ਕੋਰਟ ਦਾ, ਉਹਨੂੰ ਸਾਡੇ ਅੱਗੇ ਕਰਤਾ ਸੀ, ਆਖਿਆ ਯਾਰ ਜਿਹਦੇ ਨਾਲ ਸਾਡੀ ਗੱਲ ਆ ਉਹਦੇ ਨਾਲ ਗੱਲ ਕਰਾਓ। ਜਦੋਂ ਉਹ ਗੱਲ ਆਏ ਤਾਂ ਕਹਿੰਦੇ ਅਸੀਂ ਕਿਸੇ ਤੋਂ ਗਾਹਾਂ ਦਵਾਉਣੇ ਹੈਗੇ, ਉਹ ਤੋਂ ਦਵਾਵਾਂਗੇ, ਸਾਡੇ ਕੋਲ ਤਾਂ ਕੋਈ ਪੈਸਾ ਹੈ ਨਹੀਂਗਾ। ਤਾਂ ਅਸੀਂ ਜਦੋਂ ਇਹ ਇੱਥੋਂ ਗੱਡੀ ਲੈ ਕੇ ਨਿਕਲਣ ਲੱਗੇ ਸੀ, ਗੱਡੀ ਦੇ ਅੱਗੇ ਪਿੱਛੇ ਹੋ ਕੇ ਬੈਠ ਗਏ ਅਤੇ ਆਪਦੇ ਅੰਦਰ ਜਾ ਕੇ ਬੈਠ ਗਏ। ਆਹ ਗੱਲ ਆ ਆਮ ਆਦਮੀ। ਕਿੰਨੇ ਪੈਸੇ ਕਿੰਨੇ ਸੀ? 67 ਲੱਖ ਰੁਪਇਆ ਰਹਿੰਦਾ, 82 ਲੱਖ ਰੁਪਇਆ ਗਿਆ ਵਿਆ ਸੀ ਇਹਦੇ ਵੱਲ। ਜੇ ਮੰਗ ਨਾ ਮੰਨੀ ਕੀ? ਮੰਗ ਨਾ ਮੰਨੀ ਤਾਂ ਅਸੀਂ ਇੱਥੇ ਬੈਠੇ ਹਾਂ, ਇਹਨਾਂ ਦਾ ਕੈਂਪੇਨ ਨਹੀਂ ਚੱਲਣ ਦੇਵਾਂਗੇ। ਜੇ ਕੈਂਪੇਨ ਚੱਲਣ ਵੀ ਦੇਵਾਂਗੇ ਤਾਂ ਸਾਡਾ ਪਿੰਡਾਂ ਦੇ ਵਿੱਚ ਕੰਮ ਹੈਗਾ ਸਾਰਿਆਂ ਦੇ ਵਿੱਚ, ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਦਾ, ਹਰ ਥਾਂ ਦਾ ਵਿਰੋਧ ਕਰਾਂਗੇ ਡਟ ਕੇ। ਉੱਥੇ ਅਮਿਤ ਰਤਨ ਦਾ ਕਹਿਣਾ ਹੈ ਕਿ ਉਹ ਬਠਿੰਡਾ ਦੇਹਾਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ ਅਤੇ ਉਹਨਾਂ ਦੀ ਜਿੱਤ ਨੂੰ ਦੇਖਦਿਆਂ ਉਹਨਾਂ ਦੇ ਖਿਲਾਫ਼ ਸਾਜ਼ਿਸ਼ ਰਚੀ ਜਾ ਰਹੀ ਹੈ ਅਤੇ ਉਹਨਾਂ 'ਤੇ ਦੋਸ਼ ਮੜੇ ਜਾ ਰਹੇ ਨੇ। ਉਹਨਾਂ ਨੇ ਸਿਰੇ ਤੋਂ ਇਹਨਾਂ ਦੋਸ਼ਾਂ ਨੂੰ ਨਕਾਰ ਦਿੱਤਾ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੁਹਾਡੇ ਵਿਊਅਰਸ ਨੂੰ ਸਾਰਿਆਂ ਨੂੰ। ਕੀ ਨਾਮ ਹੈ ਤੁਹਾਡਾ ਅਤੇ ਕੀ ਮਾਮਲਾ ਜਿਹੜਾ ਕਿਸਾਨ ਦੱਸ ਬੈਠੇ? ਮੇਰਾ ਨਾਮ ਤਾਂ ਤੁਹਾਨੂੰ ਪਤਾ ਹੀ ਹੈ। ਕੀ ਮਾਮਲਾ? ਕਿਸਾਨ ਬੈਠੇ। ਇਹ ਪਹਿਲੀ ਗੱਲ ਤਾਂ ਜੀ ਇਹ ਕਿਸਾਨ ਨਹੀਂ ਗੇ, ਇਹ ਵਿਰੋਧੀ ਪਾਰਟੀ ਦੇ ਬੰਦੇ ਨੇ, ਠੀਕ ਹੈ? ਤੁਸੀਂ ਇਹਨਾਂ ਦਾ ਪਿਛੋਕੜ ਚੈੱਕ ਕਰ ਲਓ, ਇਕੱਲੇ ਇਕੱਲੇ ਬੰਦੇ ਦਾ, ਸਾਡੀ ਵਿਰੋਧੀ ਪਾਰਟੀ ਦੇ ਬੰਦੇ ਨੇ। ਇਹ ਮੈਨੂੰ ਬਦਨਾਮ ਕਰਨ ਦੀ ਇੱਕ ਸਾਜ਼ਿਸ਼ ਹੈ, ਇਹ ਪੋਲੀਟੀਕਲੀ ਮੋਟੀਵੇਟਡ ਪ੍ਰੋਗਰਾਮ ਹੈ ਸਾਰਾ। ਔਰ ਤੁਸੀਂ ਜਾਣਦੇ ਹੋ ਵੀ ਜਦੋਂ ਕੋਈ ਪੋਲੀਟੀਸ਼ੀਅਨ ਬਾਕੀ ਲੀਡਰਾਂ ਨਾਲੋਂ ਫਾਰ ਅਹੈਡ ਹੋਵੇ, ਅੱਗੇ ਚੱਲ ਰਿਹਾ ਹੋਵੇ, ਤਾਂ ਇਹੋ ਜਿਹੇ ਡਰਾਮੇ ਹੁੰਦੇ ਰਹਿੰਦੇ ਆ। ਔਰ ਮੇਰੇ ਵਰਗੇ ਇੱਕ ਪੜ੍ਹੇ ਲਿਖੇ ਦਲਿਤ ਨੌਜਵਾਨ ਨੂੰ ਜਦੋਂ ਮੌਕਾ ਮਿਲਦਾ ਤਾਂ ਉਹਦੀਆਂ ਵੱਖ ਵੱਖ ਤਰੀਕੇ ਨਾਲ ਲੱਤਾਂ ਵੱਢੀਆਂ ਜਾਂਦੀਆਂ, ਇਹ ਇੱਕ ਫਾਰਮੈਟ ਆ ਉਸ ਚੀਜ਼ ਦਾ। ਅਤੇ ਪੈਸਾ ਦੇਣਾ? ਬਿਲਕੁਲ ਜੀ, ਬਿਲਕੁਲ। ਜਿਹੜੇ ਜੇ ਕਿਸੇ ਬੰਦੇ ਨੇ ਦਾ ਕੋਈ ਮੈਂ ਪੈਸਾ ਦੇਣਾ, ਉਹਦੇ ਕੋਲ ਕੋਈ ਰਿਟਨ ਐਗਰੀਮੈਂਟ ਹੋਊਗਾ, ਕੋਈ ਡਰਾਫਟ ਹੋਊਗਾ, ਕੋਈ ਇਹੋ ਜਿਹਾ ਡਾਕੂਮੈਂਟਰੀ ਐਵੀਡੈਂਸ ਹੋਊਗਾ, ਉਹਦੀ ਜਿਹੜੀ ਲੀਗਲ ਰੈਮਡੀ ਹੈ ਉਹ ਲੀਗਲ ਰੈਮਡੀ ਜਾਂ ਤਾਂ ਪੁਲਿਸ 'ਚ ਜਾ ਕੇ ਨਿਕਲਦੀ ਹੈ ਜਾਂ ਲੋ ਕੋਰਟ 'ਚ ਜਾ ਕੇ ਨਿਕਲਦੀ ਹੈ। ਇਹਨਾਂ ਬੰਦਿਆਂ ਕੋਲ ਜਿਨ੍ਹਾਂ ਬੰਦਿਆਂ ਨਾਲ ਵੀ ਇਹਨਾਂ ਨੇ ਕੰਮ ਕੀਤੇ ਨੇ ਉਹਨਾਂ ਨਾਲ ਕਾਰੋਬਾਰ ਕੀਤਾ, ਇਹਨਾਂ ਨੇ ਉਹਦੇ ਚੈੱਕ ਨੇ, ਸਾਰਾ ਸਿਸਟਮ ਹੈ। ਮੇਰਾ ਕੋਈ ਸਾਈਨ ਹੈਗਾ, ਮੇਰਾ ਕੋਈ ਐਗਰੀਮੈਂਟ ਹੈ ਤਾਂ ਮੈਨੂੰ ਦੱਸੋ। ਮੇਰਾ ਕੋਈ ਲੀਗਲ ਇਹਨਾਂ ਨਾਲ ਲੈਣ ਦੇਣ ਨਹੀਂ, ਨਾ ਹੀ ਮੈਂ ਇਹਨਾਂ ਦਾ ਕੁਛ ਦੇਣਾ। ਉਹ ਕਹਿੰਦੇ ਤੁਹਾਡੇ ਥਰੂ ਕੀਤਾ ਸੀਗਾ ਜਿਹੜਾ ਕੀਤਾ ਸੀਗਾ? ਬਾਈ ਜੀ, ਮੇਰੇ ਥਰੂ ਕੋਈ ਨਹੀਂ ਦਿੱਤਾ ਗਾ ਮੈਨੂੰ। ਬਹੁਤ, ਮੈਂ ਇੱਕ ਪੋਲੀਟੀਸ਼ੀਅਨ ਹਾਂ, ਮੈਨੂੰ ਬਹੁਤ ਲੋਕ ਜਾਣਦੇ ਨੇ ਔਰ ਮੈਂ ਇਲਾਕੇ 'ਚ ਵਿਚਰਦਾ, ਮੈਨੂੰ ਲੋਕ ਹਜ਼ਾਰਾਂ ਲੋਕ ਆ ਕੇ ਮਿਲਦੇ ਕਰਦੇ ਨੇ। ਬਟ ਦੈਟ ਡਜ਼ਨਟ ਮੀਨ ਕਿ ਜੇ ਕੋਈ ਦੋ ਬੰਦੇ ਮੇਰੇ ਕਹੇ ਤਾਂ ਮਿਲੇ ਅਤੇ ਮੈਂ ਉਹਦੇ ਦੇਣਦਾਰ ਹੋ ਗਿਆ, ਇਹ ਨਾ ਕਰੋ ਨਾ ਜੀ।
ਜਿੱਦਾਂ ਇਹਨਾਂ ਨੇ ਜਦੋਂ ਦੇਖੋ ਆਪਾਂ ਕੋਈ ਵੀ ਕਾਰੋਬਾਰ ਕਰਦੇ ਹਾਂ ਆਪਾਂ ਇੱਕ ਲਿਖਤ ਬਣਾਉਂਦੇ ਹਾਂ, ਇੱਕ ਐਗਰੀਮੈਂਟ ਬਣਾਉਂਦੇ ਹਾਂ, ਆਪਾਂ ਪਹਿਲਾਂ ਇੱਕ ਕੰਪਨੀ ਬਣਾਉਂਦੇ ਹਾਂ, ਕੰਪਨੀ ਦੇ ਵਿੱਚ ਮੈਂ ਕਿਸੇ 'ਚ ਕੰਪਨੀ 'ਚ ਹਿੱਸੇਦਾਰ ਨਹੀਂ, ਕੋਈ ਫਰਮ ਬਣਾਉਂਦੇ ਹਾਂ ਮੈਂ ਕਿਸੇ ਫਰਮ 'ਚ ਹਿੱਸੇਦਾਰ ਨਹੀਂ। ਇਹਨਾਂ ਨੇ ਜੋ ਵੀ ਆਪਦਾ ਸਿਸਟਮ ਬਣਾਇਆ, ਇਹਨਾਂ ਨੇ ਐਗਰੀਮੈਂਟ ਬਣਾਇਆ, ਟਰਮਸ ਐਂਡ ਕੰਡੀਸ਼ਨਸ ਹੋਣਗੀਆਂ ਉਹਦੀਆਂ, ਉਹਦੇ 'ਚ ਇਹ ਟਰਮਸ ਐਂਡ ਕੰਡੀਸ਼ਨਸ ਨੂੰ ਲੈ ਕੇ ਕੋਰਟ 'ਚ ਜਾ ਸਕਦੇ ਆ, ਉਹਦੀ ਕੋਈ ਰੈਮਡੀ ਹੋ ਸਕਦੀ ਹੈ। ਇਹ ਕੀ ਤਰੀਕਾ ਹੋਇਆ ਵੀ ਇਹ ਮੇਰੇ ਬਾਰ ਬੋੜੇ ਆ ਕੇ ਬੈਠ ਮੰਗੇ ਅਸੀਂ ਤੁਹਾਡੇ ਕੋਲ ਹਫ਼ਤੇ ਦਾ? ਨਹੀਂ ਬਾਈ ਜੀ, ਮੈਂ ਤਾਂ ਪੋਲੀਟੀਕਲ ਆਦਮੀ, ਮੈਂ ਤਾਂ ਇਲੈਕਸ਼ਨ ਲੜ ਰਿਹਾ, ਮੈਂ ਤਾਂ ਆਪਦੀ ਲੜਾਈ 'ਚ ਜੂਝਿਆ ਹੋਇਆ। ਇਹ ਤਾਂ ਮੈਨੂੰ ਹਰਾਸ ਕਰਨ ਦਾ ਇੱਕ ਤਰੀਕਾ ਇਹਨਾਂ ਦਾ। ਬਠਿੰਡਾ ਤੋਂ ਨਾਇਬ ਸਿੰਘ ਸਿੱਧੂ ਦੀ ਰਿਪੋਰਟ। ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ। ਉਹ ਕੀ ਸਵੇਰ ਦੇ ਖੇਡੀ ਜਾਂਦੇ ਹੋ ਤੁਸੀਂ, ਉਹ ਬਸ ਕਰੋ, ਪੜ੍ਹ ਵੀ ਲਓ ਹੁਣ। ਰੋਜ਼ਗਾਰ ਮਿਲੂਗਾ, ਦਿੱਤੀਆਂ ਘਰ ਘਰ ਨੌਕਰੀਆਂ, ਮੇਰਾ ਵੀਰਾ ਹੁਣ ਵੀ ਧੱਕੇ ਖਾਂਦਾ, ਨਾਲੇ ਨਸ਼ੇ ਕਰਦਾ। ਨਸ਼ਾ ਖਤਮ ਕਰਨ ਦੀ ਵੀ ਤਾਂ ਸੌਂਹ ਖਾਧੀ ਸੀ ਇਹਨਾਂ ਨੇ, ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦੀ ਸੌਂਹ, ਹੋ ਗਏ ਸਭ ਦੇ ਸਾਰੇ ਕਰਜ਼ੇ ਮਾਫ, ਬਾਪੂ ਦੇ ਤਾਂ ਖੇਤ ਵੀ ਬੈਂਕ ਵਾਲੇ ਲੈ ਗਏ। ਇਸ ਕਾਂਗਰਸ ਸਰਕਾਰ ਤੋਂ ਕਿਉਂ ਨਹੀਂ ਜਵਾਬ ਮੰਗਦੇ?